ਅੱਜ ਢੋਲ ਲੈ ਕੇ ਆਉਂਦਾ ਭਾਅ ਉੱਪਰੋਂ ਚੱਕ ਕੇ, ਹੈ ਦੇਖ ਲਓ ਭਾਈ ਜਿੱਦੇ ਖੁੱਡੇ ਬਣਦੇ ਅਤੇ ਜਿੱਦਾਂ ਢੋਲ ਪਿਆ ਤਾ ਭਰਿਆ, ਠੀਕ ਹੈ। ਚਲੋ ਹੁਣ ਦੇਖੀਏ ਪਹਿਲਾਂ ਕਬੂਤਰ, ਪਹਿਲਾਂ ਦੇਖ ਲਈਏ ਕਿਵੇਂ ਨੇ ਕਬੂਤਰ, ਜਿੰਦਾ ਖੋਲਦੇ ਹਾਂ ਫੇਰ ਪਾਵਾਂਗੇ ਦਾਣਾ ਪਾਣੀ, ਆ ਖਾਜ ਕਰਨ ਲੱਗਿਆ ਹੋਇਆ। ਹੁਣ ਹਾਲੇ ਉਹ ਖਾਣ ਲੱਗੇ ਨੇ ਹਾਲੇ, ਹਾਂ ਪਹਿਲਾਂ ਖਾਂਦੇ ਹੀ ਨਹੀਂ ਤੇ ਕੌੜੀ ਲੱਗਦੀ ਹੋਣੀ ਇਹਨਾਂ ਨੂੰ। ਇਹ ਸੈੱਟ ਨੇ ਸੈੱਟ ਨੇ, ਚਲੋ ਤੂੰ ਵੈਰੀ ਗੁੱਡ, ਆਪ ਜਾ ਵੀ ਸੈੱਟ ਆ। ਜੋੜੇ ਬੈਠਣ ਲੱਗ ਗਏ ਬਾਈ ਤਿੰਨ, ਉਹ ਹਰੀ ਬੈਠੀ ਹੈ, ਅਫਗਾਨੀ ਵਾਲੇ ਦੋਵੇਂ ਬੈਠੇ ਨੇ, ਉਹ ਸੁਰਖੀ ਬੈਠੀ ਹੈ, ਸੈੱਟ ਨੇ ਉਹ ਜੋੜੇ ਵੀ ਉੱਥੇ ਬੈਠਣ ਲੱਗ ਗਿਆ ਟੋਕਰੀ 'ਚ, ਆ ਇੱਧਰ ਬੈਠਣ ਲੱਗ ਗਏ, ਠੀਕ ਆ। ਓਕੇ ਏਅਰਪੋਰਟ ਸੈੱਟ ਨੇ ਸਾਰੇ ਜਾਨਵਰ, ਅਤੇ ਉਹ ਜੋੜਾ ਉੱਥੇ ਬੈਠਣ ਲੱਗ ਗਿਆ। ਹੁਣ ਉਹ ਗੁਲਾਬੀ ਉਹ ਬੈਠਾ, ਗੁਲਾਬੀ ਨੇ ਆਂਡਾ ਧਰਿਆ ਹੋਇਆ, ਉਹ ਨਾ ਡੱਬਾ ਬੈਠਦਾ ਆਂਡੇ ਅਤੇ ਨਾ ਗੁਲਾਬੀ, ਵਿਚਾਲੇ ਆਂਡਾ ਵਾਲੇ ਵਾਲੇ ਆਪ ਬੈਠੇ ਨੇ ਸਾਡੇ ਬਾਜੇ। ਅਤੇ ਚਲੋ ਹਲੇ ਤਾਂ ਬੰਦ ਰੱਖਦੇ ਹਾਂ ਬਾਈ ਇਹਨਾਂ ਨੂੰ, ਬਾਅਦ 'ਚ ਪਾਵਾਂਗੇ ਤੁਹਾਨੂੰ ਪਾਣੀ, ਠੀਕ ਆ। ਨਰਵੈਰ ਸਿੰਘ ਜੀ ਰੋਟੀ ਖਾ ਰਹੇ ਨੇ, ਭਾਊ ਲੇਟ ਹੋ ਗਿਆ ਅੱਜ ਨਾ, ਉੱਪਰ ਸਫਾਈ ਕਰਨ ਲੱਗਿਆ ਤਾ ਬਾਈ। ਭਾਊ ਹੋਰ ਸਤਿ ਸ਼੍ਰੀ ਅਕਾਲ, ਕਿਵੇਂ ਹੋ, ਕਹਿਮ ਹੋ ਸਾਰੇ, ਜਾਨਵਰ ਸੈੱਟਾਂ ਸਾਰਿਆਂ ਦੇ। ਨੂਰੀ ਖੜੀ ਹੈ, ਨੂਰੀ ਦੇ ਥੱਲੇ ਸਫਾਈ ਕਰਤੀ, ਲਓ ਦੇਖੋ ਐਨ ਕਰਤੀ ਸਫਾਈ, ਨੂਰੀ ਬੰਨੀ ਹੋਈ ਹੈ। ਕਿਆ ਧਰਤਾ ਤਾ ਦਹਿਜ ਹੈ, ਤੇਲ ਹੈਗਾ ਤਾ, ਹਾਏ ਹਾਏ ਹਾਏ, ਫੇਰ ਪਾਣੀ ਹੋ ਇਹ ਚ, ਪਾਣੀ ਪੈ ਗਿਆ ਇਹ ਚ। ਗੁਰੀ ਪਹਿਲਾਂ ਉਹ ਚ ਦੇਖ ਲਾ ਵੀ ਪਾਣੀ ਸਾਫ਼ ਹੈ, ਨਹੀਂ ਉਹ ਵੀ ਡੋਲਦੀ ਆਪਾਂ। ਆ ਗਏ ਬਾਈ ਕਬੂਤਰਾਂ ਨੂੰ ਦਾਣਾ ਪਾਣੀ ਪਾਉਣ, ਦਾਣਾ ਪਾਣੀ ਖਾਜਰੇ ਪਾ ਦਈਏ, ਮੀਂਹ ਦਾ ਕੋਈ ਭਰੋਸਾ ਨਹੀਂ ਹੈਗਾ, ਠੀਕ ਹੈ। ਮੀਂਹ ਆਉਣ ਨੂੰ ਤਿਆਰ ਹੈ, ਕੱਟੀ ਦਾ ਜ਼ੋਰ ਲੱਗਿਆ ਪਿਆ ਉੱਧਰ ਸਿੰਗ ਮਾਰਨ 'ਤੇ, ਨਹੀਂ ਸਾਫ਼ ਹੈ, ਰੱਖ ਥੋੜ੍ਹਾ ਡੋਲ ਦੇ, ਥੋੜ੍ਹਾ ਡੋਲ ਦੇ। ਚਲੋ ਬਾਈ ਪਾਈਏ ਪਹਿਲਾਂ ਦਾਣਾ ਪਾਣੀ, ਦਾਣਾ ਪਾਣੀ ਓਕੇ ਹੈ ਬਾਈ। ਉਹ ਸਿੰਘ ਕਾਹਦੇ ਮਾਰੀ ਜਾਂਦੀ ਹੈ, ਤੇਲ ਪਾ ਯਾਰ ਉਹਦੇ ਗਰਮ ਸਿੰਘਾਂ 'ਚ, ਹੈਂ ਸਰੋਂ ਦਾ ਤੇਲ ਪਾ ਦੇ ਗਰਮ ਕਰਕੇ। ਚਲੋ ਬਾਈ ਕਬੂਤਰ ਖੋਲੀਏ ਆਪਾਂ, ਹੁਣ ਆ ਜਾਓ ਬਾਈ, ਆਹ ਲਾ ਦੇ ਗੇਟ ਲਾ ਦੇ, ਆਜੋ ਆਓ 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 ਆਓ, ਬਾਹਰ ਨਾ ਆ ਜਾਣ ਸਾਡੇ ਕਿਤੇ। ਆ ਗਏ ਬਾਈ ਸਾਰੇ ਕਬੂਤਰ, ਆਜੋ 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 ਆਜੋ, ਇਹਦੀ ਪੂੰਛ ਜੱਸੇ ਨੇ ਕੱਢਤੀ ਦੇਖ ਲਾ, ਆਹ ਕਿਹੋ ਜਿਹਾ ਹੋ ਗਿਆ ਟਾਂਕਾ, ਝਾੜੇ ਪੈ ਗਏ ਸਾਰੇ। ਆਜੋ ਵੀ ਆਜੋ ਆਜੋ ਆਜੋ, ਲਓ ਵੀ ਕਬੂਤਰ ਨਿਕਲੇ ਸਾਰੇ ਬਾਹਰ। ਆ ਕਬੂਤਰੀ ਜੀ ਨੂੰ ਦਵਾਈ ਦਿੱਤੀ ਸੀ ਨਾ, ਅੱਜ ਵੀ ਦਵਾਈ ਦੇ ਹੋਊ ਉਹਨੂੰ, ਠੰਡ ਜੀ ਲੱਗਦੀ ਹੁੰਦੀ ਜਿਵੇਂ ਇੱਕਣ ਕਰੀ ਜਾਂਦੀ। ਚਲੋ ਕੋਈ ਨਹੀਂ, ਦਾਣਾ ਪਾਣੀ ਚੁਗਣ ਦਾ ਪਹਿਲਾਂ ਇਹਨਾਂ ਨੂੰ। ਚਲੋ ਵੀ ਚਲੋ ਅੰਦਰ, ਚੁਕਲੇ ਦਾਣੇ, ਹਾਂ ਚੁਕਲੇ ਬਈ ਐਨ ਦਾਣੇ। ਚਲੋ 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 ਅੰਦਰ,
ਚਲ ਕਰ ਦਈਏ ਬਈ ਅੰਦਰ ਇਹਨਾਂ ਨੂੰ। ਉਹ ਚੱਲ ਤੂੰ ਵੀ ਛੋਟੂ, ਚੱਲ 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 ਬਸ ਓਕੇ ਯਾਰ। ਬਹੁਤ ਬੱਦਲ ਬਹੁਤ ਆ ਗਿਆ ਬਈ, ਬਾਈ ਮੀਂਹ ਨੇ ਸਾਰਾ ਹੀ ਸਿਸਟਮ ਖਰਾਬ ਕਰਤਾ। ਉੱਧਰ ਭਾਊ ਵੀ ਵਿਚਾਰਾ ਸਫਾਈ ਕਰਨ ਲੱਗਿਆ ਹੋਇਆ, ਮੈਂ ਵੀ ਟਰੇਆਂ ਚੱਕਣ ਆਇਆ ਕਿਉਂਕਿ ਟਰੇਆਂ 'ਚ ਪੈ ਜਾਂਦਾ ਪਾਣੀ, ਇੰਨਾ ਚੋਕਰ ਕਬੂਤਰਾਂ ਨੂੰ ਦਾਣਾ ਪਾਣੀ ਸਾਜਰੇ ਹੀ ਪਾਤਾ। ਟਰੇਆਂ ਚੱਕ ਦਵਾਂ, ਟਰੇਆਂ 'ਚ ਪੈਂਦਾ ਫਿਰ ਪਾਣੀ ਹੈ ਵੀਰੇ ਤੇਰੀ ਪਿੱਛੇ ਗਿਰ ਗਈ। ਚੱਲ ਕੋਈ ਨਹੀਂ, ਸਾਫ ਜਗ੍ਹਾ ਤਾਂ ਹੈ। ਕਿਆ ਕਬੂਤਰ ਹੈ, ਕਬੂਤਰ ਤਾਂ ਆਹ ਦੇਖਿਆ ਇੱਥੇ ਹੀ ਹੈ। ਚਲੋ ਚੱਕ ਦੀ ਹੈ ਬਾਈ, ਆਪਾਂ ਆਏ ਹੋਏ ਤੇ ਬਾਈ ਗਰਾਊਂਡ 'ਚ ਮੀਂਹ ਨਾਲ ਦੇਖੋ ਚੱਲ ਰਿਹਾ ਕੰਮ। ਹੁਣ ਚੱਲਦੇ ਹਾਂ ਆਪਾਂ ਘਰ ਨੂੰ, ਦੇਖੋ ਤਾਂ ਕਿਵੇਂ ਗੰਦ ਪੈ ਗਿਆ ਦਰੱਖਤਾਂ ਦਾ। ਕੋਈ ਨਹੀਂ ਚਲੋ ਹੁਣ ਥੋੜ੍ਹਾ ਸੈਟਿੰਗ ਜਿਹੀ ਹੋਈ ਤਾਂ ਕਰਾਉਂਦੇ ਹਾਂ ਸਾਫ। ਅਤੇ ਆ ਮੂਹਰੇ ਨਿਓ ਪੱਟਤੀ, ਇੱਥੇ ਗੇਟ ਬਣਨਾ, ਬਾਕੀ ਨਿਓ ਭਰਨੀ ਹੈ। ਆ ਵੀ ਤਾਂ ਇਹ ਹਾਂਜੀ ਪਹੁੰਚ ਗਏ ਬਾਈ ਕਬੂਤਰਾਂ ਵੱਲ, ਅਤੇ ਪਾਵਰ ਜੈੱਲ ਦੇਣੀ ਆ ਆਪਾਂ ਇੱਕ ਦੋ ਕਬੂਤਰਾਂ ਨੂੰ। ਬਾਈ ਮੀਂਹ ਨੇ ਗੰਦ ਪਾਇਆ ਬਸ, ਹੋਰ ਕੁਛ ਨਹੀਂ ਕਰਿਆ। ਅਤੇ ਜਦ ਦੇਖ ਲਓ ਕਿਵੇਂ ਮੀਂਹ ਆ ਗਿਆ, ਕਬੂਤਰ ਅੰਦਰ ਵਾੜਨੇ ਪਏ, ਦਾਣੇ ਦੂਣੇ ਸਾਰੇ ਭਿੱਜ ਗਏ। ਹੁਣ ਧੁੱਪ ਹੈ ਸਾਲੀ, ਲੈ ਕਿਆ ਮੌਸਮ ਬੇਕਾਰ ਹੋਇਆ ਹੋਇਆ ਯਾਰ। ਚਲੋ ਪਹਿਲਾਂ ਇਹਨਾਂ ਨੂੰ ਖੋਲਦੇ ਹਾਂ, ਪਾਵਰ ਜੈੱਲ ਦਿੰਦੇ ਹਾਂ, ਅਤੇ ਨਵਾਂ ਕਬੂਤਰ ਜਿਹੜਾ ਕੱਲ੍ਹ ਫੜਿਆ ਉਹਦੇ ਆਪਾਂ ਰੰਗ ਲਾ ਦਈਏ, ਜਿੱਥੇ ਹੈ ਨਾ ਨਿਸ਼ਾਨੀ ਜੀ ਰਹੂਗੀ, ਅਤੇ ਪਹਿਲਾਂ ਉਹ ਫੜ ਲਿਆ, ਉਹਦੇ ਰੰਗੇ ਲਾ ਦਈਏ। ਹੈਂ ਵੇਚਾ ਲਾਉਣਾ ਆਪਾਂ, ਚੱਲਦੇ ਹਾਂ ਕੋਠੇ 'ਤੇ ਕੋਈ ਨਹੀਂ। ਅਤੇ ਆਹ ਦੋ ਕਬੂਤਰੀਆਂ ਫੜ ਲਈਆਂ ਬਾਈ, ਇਹਨਾਂ ਨੂੰ ਦਿੰਦੇ ਹਾਂ ਪਾਵਰ ਜੈੱਲ। ਆ ਥੋੜ੍ਹੀ ਜਿਹੀ ਪਾਵਰ ਜੈੱਲ ਪਾ ਲਈ ਮੈਂ ਦੋਨੇ ਕਬੂਤਰੀਆਂ ਜੋਗੀ, ਇਹਨੂੰ ਪਾਣੀ ਭਰ ਲੈਂਦੇ ਹਾਂ ਕੁਛ, ਅੱਧੀ ਅੱਧੀ ਸਰਿੰਜ ਦੋਨਾਂ ਨੂੰ ਦੇ ਦਾਂਗੇ। ਠੀਕ ਹੈ ਰੁਕ ਜੋ, ਕਿਉਂ ਮੈਂ ਭਰ ਲਵਾਂ। ਦੇ ਦੀ ਬਾਈ ਦੋਵੇਂ ਕਬੂਤਰੀਆਂ ਨੂੰ ਪਾਵਰ ਜੈੱਲ, ਠੀਕ ਹੈ। ਅਤੇ ਇਹ ਤੋਂ ਬਾਅਦ ਇਹਨਾਂ ਨੂੰ ਛੱਡਦੇ ਆ, ਹੁਣ ਜਿਹੜਾ ਆਪਾਂ ਨਵਾਂ ਕਬੂਤਰ ਫੜਿਆ ਉਹ ਲਿਆ ਜੱਸੇ, ਠੀਕ ਹੈ, ਰੰਗ ਲਾਈਏ ਉਹਦੇ। ਐਂ ਖੁਸ਼ ਹੋਇਆ ਪਿਆ, ਆਹ ਫੜ ਲਿਆ ਬਾਈ ਕਬੂਤਰ, ਦਿਖਾ ਦੇ ਇੱਕ ਵਾਰੀ ਦਿਖਾ ਦੇ। ਐਡੇ ਗੱਲਬਾਤ ਹੈ ਬਾਈ, ਜਿਹਦਾ ਵੀ ਹੋਇਆ ਤਾਂ ਠੱਲ ਨੰਬਰ ਦੱਸ ਕੇ ਲੈ ਜਿਓ, ਠੀਕ ਹੈ। ਅਤੇ ਚਲੋ ਇਹਦੇ ਲਾਉਂਦੇ ਹਾਂ ਰੰਗ, ਲਿਆ ਜੱਸੇ ਗੁਲਾਬੀ ਰੰਗ ਘੋੜਿਆ ਪਿਆ ਮੇਰੇ ਵੀਡੀਓ ਊਂਚ 'ਤੇ। ਕਿੱਥੇ ਉੱਪਰਲੀ ਸਾਈਡ? ਇੱਥੇ ਹੀ। ਅੱਛਾ ਇਹਨੂੰ ਕਿੱਥੇ ਇਹ ਰੱਖ, ਕਿਤੇ ਖੁੱਲ੍ਹੀ 'ਚ ਰੱਖ ਦਿੰਦੇ? ਖੁੱਲ੍ਹੀ 'ਤੇ ਨਹੀਂ, ਖੁੱਲ੍ਹੀ 'ਤੇ ਫਰਸ਼ ਪਾਉਣਾ ਫਿਰ ਲਿਬੜੂਗਾ ਮਿਸਤਰੀ। ਉਰੇ ਲਿਆ, ਇਹਦੇ ਪਰ ਰੱਖ, ਇਹਦੇ ਪਰ ਰੱਖ, ਇਹਦੇ ਪਰ ਪਲੇਟ 'ਤੇ। ਓ ਮਿੱਤਰੋ ਕਿੰਨਾ ਗੂੜਾ ਹੋ ਗਿਆ ਓਏ, ਪਾਣੀ ਪਾ ਹੋਊਗਾ ਇਹ 'ਚ, ਥਿੰਨਰ ਤਾਂ ਸਾਡਾ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ। ਇੱਕ ਮਿੰਟ ਬਾਈ ਮਿੱਤਰੋ, ਮੈਂ ਕਰਾਂ ਪਹਿਲਾਂ ਇਹਦਾ ਇਲਾਜ। ਕਰਤਾ ਬਾਈ ਰੰਗ, ਟੌਰੀ ਕਰਤੀ, ਅੱਧੀ ਪੂੰਛ ਕਰਤੀ ਗੁਲਾਬੀ, ਦਿਖਾ ਇਸੇ ਮੂੰਹ ਤਾਂ ਦਿਖਾ ਇਹਦਾ। ਹਾਂ ਵੈਰੀ ਗੁੱਡ, ਕਬੂਤਰ ਨੂੰ ਕਰਤਾ ਰੰਗ ਮੇਰੇ ਵੀਰੇ। ਉਹ ਬਸ ਗਲਰਾਡੀ ਕਰਿਆ ਰੰਗ, ਕਿਹੜਾ ਕਰਿਆ? ਗਲਰਾਡੀ, ਕਿਉਂਕਿ ਨਾ ਰੈੱਡ ਹੈ ਨਾ ਗੁਲਾਬੀ, ਇਹਦਾ ਨਵਾਂ ਨਾਂ ਰੱਖਦਾ ਸੀ ਗਲਰਾਡੀ ਰੰਗ। ਅਤੇ ਚਲੋ ਵੀ ਛੱਡ ਜੱਸੇ ਇਹਨੂੰ, ਕਬੂਤਰੀਆਂ ਨੂੰ ਵੀ ਦੇ ਹੋਗੀ ਬਾਈ। ਅਤੇ ਉਹ ਲਾ ਟਰੀਆਂ ਲਿਆ, ਇਹਨਾਂ ਨੂੰ ਕਰੀਏ ਸਾਜਰੇ ਬੰਦ, ਫਿਰ ਕੱਲ੍ਹ ਨੂੰ ਜੇ ਮੌਸਮ ਸੈੱਟ ਰਿਹਾ ਦਵਾਈ ਲਾਈਏ ਇਹਦੇ, ਇਹਨਾਂ ਦੇ ਜੂਨਾਂ ਵਾਲੀ, ਠੀਕ ਆ। ਛੱਡ ਦੇ ਬਸ, ਇੱਥੇ ਖੜਾ ਕੀ ਕਰਦਾ, ਅੱਜ ਐਂਡਿੰਗ ਕਰੀਏ ਛੇਤੀ, ਬਲੌਗ ਪਾ ਦਈਏ ਫਿਰ।
ਕਿਉਂਕਿ ਬਾਈ ਵਲੌਗ ਇੱਕ ਵੀ ਜਮ੍ਹਾਂ ਨਹੀਂ ਹੈਗਾ ਹੁਣ, ਤੁਸੀਂ ਬਾਈ ਸ਼ੇਅਰ ਕਰਦੇ ਨਹੀਂ, ਸਾਡਾ ਮੂਡ ਨਹੀਂ ਬਣਦਾ ਵਲੌਗ ਬਣਾਉਣ ਦਾ, ਹੈ ਨਾ, ਵੀ ਵਲੌਗ ਕਿਆ ਰੋਜ਼ ਬਣਾਈ ਜਾਈਏ। ਅਤੇ ਫਿਰ ਚਲੋ ਕੋਈ ਚੱਕਰ ਨਹੀਂ, ਬਣਾ ਕੇ ਹੁਣ ਨਾਲ ਦੀ ਨਾਲ ਡੇਲੀ ਵਾਲਾ ਡੇਲੀ ਉਹ ਪਾਉਂਦੇ ਹਾਂ ਜਿਹੜਾ ਅੱਜ ਬਣਾਉ। ਆਹ ਟਰੇਆਂ ਇੱਧਰ ਪਈਆਂ ਨੇ, ਉਹ ਰੱਖ ਦੀਆਂ ਤੀਆਂ ਮੀਂਹ ਤੋਂ ਮੈਂ ਬਚਾ ਕੇ। ਡੇਢ ਡੇਢ ਢੱਕਣ ਪਾ ਲਾ ਉਹਨਾਂ 'ਚ, ਬਹੁਤ ਹੈ। ਪਾਣੀ ਪਾਵਾਂ ਇਹਨੇ ਮੈਂ? ਚਲੋ ਬਾਈ ਮੈਂ ਪਾਣੀ ਪੂਣੀ ਪਾਵਾਂ, ਉਹ ਤੋਂ ਬਾਅਦ ਦਿਖਾਉਂਦੇ ਹਾਂ ਤੁਹਾਨੂੰ ਕਿਆ ਕਰਨਾ। ਪਾ ਤੇ ਬਾਈ ਦਾਣੇ ਟਰੇਆਂ 'ਚ, ਕੋਸਾ ਪਾਣੀ ਪਾ ਤਾ। ਆ ਜਾਓ ਵੀ, ਆ ਜਾਓ, ਆਓ 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 ਆਓ, ਆ ਜਾਓ ਆ ਜਾਓ ਆ ਜਾਓ, ਲੰਘਿਓ ਲੰਘਿਓ। ਬਾਈ ਇਹ ਕਲਕਾਂਤਾ ਵੀ ਨਹੀਂ ਵਿਚਾਰਾ ਮੁੜ ਕੇ ਡਾ ਹੋਇਆ, ਮੌਸਮ ਹੀ ਨਹੀਂ ਨਿਖਰ ਰਿਹਾ ਸਾਡਾ, ਕਿਆ ਕਰੀਏ ਯਾਰ, ਮੌਸਮ ਨਹੀਂ, ਗੰਦ ਪਾਇਆ ਪਿਆ ਬਾਈ। ਗੁਲਾਬੀ ਤਾਂ ਚੀਜ਼ ਹੈ। ਅਤੇ ਜੱਸੇ ਚੱਲ ਇਹਨਾਂ ਨੂੰ ਦਾਣੇ ਖਾਣ ਦੇ, ਭਾਊ ਨੂੰ ਧੱਕਾ ਲਵਾ ਦੀ ਪਹਿਲਾਂ ਰਿਕਸ਼ੇ ਨੂੰ, ਨਹੀਂ ਭਾਊ ਬਾਈ ਟਾਈਮ ਪਾਸ ਕਰੀ ਜਾਂਦਾ ਬਾਹਰ, ਜੇ ਮੈਂ ਧੱਕਾ ਲਵਾ ਜਾ ਕੇ ਚੱਕ ਲਵਾਂ ਮੈਂ ਇੱਕ ਮਿੰਟ, ਅਤੇ ਭਾਊ ਨੂੰ ਧੱਕਾ ਲਵਾ ਕੇ ਵਲੌਗ ਦੀ ਐਂਡਿੰਗ ਕਰਾਂਗੇ, ਫਿਰ ਪਾਉਂਦੇ ਹਾਂ ਵਲੌਗ, ਠੀਕ ਹੈ। ਚੱਲ ਭਾਈ ਹੁਣ ਦੇਖਦੇ ਹਾਂ ਜੱਸੂ ਦਾ ਜ਼ੋਰ ਅੱਜ। ਉਹ ਸਾਡਾ ਕਿਵੇਂ ਟੀ ਸੀ ਕੱਢ ਕੇ ਲਿਆਉਣਾ ਹੁੰਦਾ ਰਿਕਸ਼ੇ ਦੀ, ਉਹ ਹਵਾ ਇਹ 'ਚ ਹੈ ਨਹੀਂ, ਹਵਾ ਦਾ ਉਹਦਾ ਭਲਾ ਤੇਰਾ ਰਿਕਾਰਡ ਹੈ। ਲੈ ਲੈ, ਪਰ ਹੌਲਾ ਹੀ ਹੈ ਵਸੀਮ, ਹੈ ਨਾ, ਹੈ ਆ ਦੇਖ ਲੈ, ਬੱਲੇ ਬੱਲੇ ਬੱਲੇ, ਹੋ ਗਏ ਬਾਈ ਸਾਰੇ ਕੰਮ ਓਕੇ, ਜੱਸੂ ਵੀ ਹੋ ਗਿਆ ਵਿਹਲਾ। ਅਤੇ ਚਲੋ ਮਿਲਾਂਗੇ ਅਗਲੇ ਵਲੌਗ, ਚੈਨਲ ਕਰ ਲਿਓ ਸਬਸਕ੍ਰਾਈਬ, ਅਤੇ ਹੁਣ ਚੱਲਦੇ ਹਾਂ ਆਪਾਂ ਗਰਾਊਂਡ 'ਚ ਨੂੰ।